ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡੇ ਆਪਣੀ YouTube ਚੈਨਲ ਨੌਲੇਜ ਹੱਬ ਤੇ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜਿਸ ਦੇ ਵਿੱਚ ਆਪਾਂ ਕਰੋਨਾ ਨਾਲ ਰਿਲੇਟਡ ਜਿਹੜੇ ਪ੍ਰਮੁੱਖ ਪ੍ਰਸ਼ਨ ਹਨ ਉਹਨਾਂ ਦੀ ਗੱਲ ਕਰਾਂਗੇ ਕਰੰਟ ਅਫੇਅਰ ਦੇ ਵਿੱਚ ਆ ਜਾਂਦੇ ਆ ਜਾਂ ਉਦਾਂ ਜਿਹੜੇ ਇੰਪੋਰਟੈਂਟ ਲੱਗਦੇ ਆ ਤੁਹਾਨੂੰ ਵੀ ਲੱਗਦੇ ਆ ਕਿ ਹਾਂ ਇਹ ਪ੍ਰਸ਼ਨ ਜਿਹੜੇ ਸਾਡੇ ਲਈ ਹੋਣੇ ਚਾਹੀਦੇ ਉਹੀ ਮੈਂ ਇਨਕਲੂਡ ਕੀਤੇ ਆ ਇਸ ਵੀਡੀਓ ਨੂੰ ਤੁਸੀਂ ਜ਼ਰੂਰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦੇਖਣਾ ਅਤੇ ਜਿਹੜੇ ਇਹ ਪ੍ਰਸ਼ਨ ਅੱਗੇ 1-2 ਦਿਨਾਂ ਦੇ ਵਿੱਚ ਜਾਂ ਥੋੜੇ ਦਿਨਾਂ ਵਿੱਚ ਜਿਹੜੇ ਹੁਣ ਜਲਵਾਡਰਾਂ ਦਾ ਪੇਪਰ ਹੋਣ ਵਾਲਾ ਸੋ ਆਪਾਂ ਜ਼ਿਆਦਾ ਲੈਂਥੀ ਨਹੀਂ ਕਰਦੇ ਕੋਈ ਵੀ ਵੀਡੀਓ ਸੋ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਵੇਖਣਾ ਵੀਡੀਓ ਦੇ ਵਿੱਚ ਆਪਾਂ ਪਹਿਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਆਪਣੇ ਕੋਲ ਪਹਿਲਾ ਪ੍ਰਸ਼ਨ ਹੈ ਕਿ ਕੋਵਿਡ ਤੋਂ ਬਚਣ ਲਈ ਪਰਸਨਲ ਸੁਰੱਖਿਆ ਉਪਕਰਨ ਜੈਵਿਕ ਸੂਟ ਹੈ ਜਿਹੜਾ ਕਿਸ ਨੇ ਤਿਆਰ ਕੀਤਾ ਸੀਗਾ ਪਰਸਨਲ ਸੁਰੱਖਿਆ ਉਪਕਰਨ ਜੈਵਿਕ ਸੂਟ ਇਹ ਤੁਸੀਂ ਨੇ ਯਾਦ ਰੱਖਣਾ ਕਿਸ ਨੇ ਇਹ ਵਿਕਸਿਤ ਕੀਤਾ ਸੀ ਤਾਂ ਜਿਹੜੀ ਆਪਣੀ ਡੀਆਰਡੀਓ ডিপਾਰਟਮੈਂਟ ਹੈ ਡੀਆਰਡੀਓ ਜਿਸ ਦਾ ਫੁੱਲ ਫਾਰਮ ਹੈਗਾ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ ਠੀਕ ਹੈ ਜੀ ਇਹਨਾਂ ਨੇ ਜਿਹੜਾ ਹੈਗਾ ਸੀਗਾ ਪਰਸਨਲ ਸੁਰੱਖਿਆ ਉਪਕਰਨ ਜੈਵਿਕ ਸੂਟ ਹੈ ਜਿਹੜਾ ਉਹ ਤਿਆਰ ਕੀਤਾ ਸੀ ਅਤੇ ਜਿਹੇ ਇਸ ਆਰਗੇਨਾਈਜੇਸ਼ਨ ਦੀ ਜਿਹੜੀ ਸਥਾਪਨਾ ਹੋ 1958 ਦੇ ਵਿੱਚ ਕੀਤੀ ਗਈ ਸੀ ਠੀਕ ਹੈ ਜੀ ਜਿਹੜੀ ਕਿ ਡਿਫੈਂਸ ਨਾਲ ਰਿਲੇਟਡ ਜਿਹੜੀਆਂ ਵੀ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਆਰਗੇਨਾਈਜ਼ ਮਤਲਬ ਕਿ ਡਿਵੈਲਪ ਕਰਦੀ ਹੈ ਠੀਕ ਹੈ ਜੀ ਤੇ ਇਹ ਜਿਹੜਾ ਸੂਟ ਸੀ ਇਹ ਖਾਸ ਕਰਕੇ ਡਾਕਟਰਾਂ ਤੇ ਜਿਹੜੇ ਹੋਰ ਬਾਕੀ ਸਟਾਫ ਸੀਗੇ ਠੀਕ ਹੈ ਜੀ ਹਸਪਤਾਲ ਦੇ ਵਿੱਚ ਜਾਂ ਐਂਬੂਲੈਂਸ ਡਰਾਈਵਰ ਜਾਂ ਜਿਹੜੇ ਹੋਰ ਵਲੰਟੀਅਰ ਹੁੰਦੇ ਆ ਠੀਕ ਹੈ ਜੀ ਉਹਨਾਂ ਦੇ ਲਈ ਇਹ ਜਿਹੜਾ ਸੂਟ ਸੀਗਾ ਉਹ ਕੋਰੋਨਾ ਦੇ ਤਾਂ ਕਿ ਜਿਹੜਾ ਇਨਫੈਕਸ਼ਨ ਆ ਉਹ ਅੱਗੇ ਤੋਂ ਅੱਗੇ ਨਾ ਹੋ ਸਕੇ ਉਸ ਦੇ ਲਈ ਇਹ ਸੂਟ ਜਿਹੜਾ ਬਹੁਤ ਹੀ ਜ਼ਿਆਦਾ ਕਾਰਗਰ ਸਾਬਿਤ ਹੋਇਆ ਵਾ ਤੇ ਉਸ ਤੋਂ ਬਾਅਦ ਅੱਗੇ ਆਪਣੇ ਕੋਲ ਹੁੰਦਾ ਕਿ ਲੋਕਡਾਊਨ ਕਰਕੇ ਜਿਹੜੀ ਡੋਮੀਨੋਜ਼ ਨੇ ਜ਼ਰੂਰੀ ਵਸਤਾਂ ਦੀ ਡਿਲੀਵਰੀ ਡਿਲੀਵਰੀ ਲਈ ਕਿਹੜੀ ਕੰਪਨੀ ਨਾਲ ਜਿਹੜਾ ਹੈਗਾ ਟਾਈ ਅਪ ਕੀਤਾ ਜਾਂ ਸਮਝੌਤਾ ਕੀਤਾ ਤਾਂ ਲੋਕਡਾਊਨ ਕਰਕੇ ਜਿਹੜਾ ਡੋਮੀਨੋਜ਼ ਸੀਗਾ ਡੋਮੀਨੋਜ਼ ਦੇ ਤੁਸੀਂ ਜ਼ਰੂਰ ਸੁਣਾ ਹੋਣਾ ਪੀਜ਼ਾ ਵਗੈਰਾ ਜਿਹੜੇ ਹੁੰਦੇ ਆ ਲਟਰਨ ਬਟਰ ਮੈਂ ਇਹਨਾਂ ਦੇ ਠੀਕ ਹੈ ਡੋਮੀਨੋਜ਼ ਨੇ ਜਿਹੜਾ ਹੈਗਾ ਸੀਗਾ ਜ਼ਰੂਰੀ ਵਸਤਾਂ ਸੀ ਜਿਹੜੀਆਂ ਉਹਨਾਂ ਦੀ ਡਿਲੀਵਰੀ ਵਾਸਤੇ ਜਿਹੜਾ ਹੈਗਾ ਕੈਂਪੇਨ ਸ਼ੁਰੂ ਕੀਤਾ ਸੀ ਉਹ ਕਿਸ ਦੇ ਨਾਲ ਰਲਕੇ ਜਿਹੜਾ ਟਾਈਪ ਅਪ ਕਰਕੇ ਸਮਝੌਤਾ ਕਰਕੇ ਕੀਤਾ ਸੀ ਤਾਂ ਆਈਟੀਸੀ ਜਿਹੜੀ ਆਪਣੇ ਜਿਹੜੀ ਇੰਡੀਆ ਦੀ ਬਹੁਤ ਹੀ ਜ਼ਿਆਦਾ ਵੱਡੀ ਜਿਹੜੀ ਹੈ ਫੂਡ ਇੰਡਸਟਰੀ ਹੈ ਠੀਕ ਹੈ ਜੀ ਡਿਪਾਰਟਮੈਂਟ ਹੈਗਾ ਬਹੁਤ ਹੀ ਵੱਡਾ ਪ੍ਰਾਈਵੇਟ ਸੈਕਟਰ ਹੈਗਾ ਠੀਕ ਹੈ ਉਸ ਦੇ ਨਾਲ ਜਿਹੜਾ ਹੈਗਾ ਡੋਮੀਨੋਜ਼ ਨੇ ਸਮਝੌਤਾ ਕੀਤਾ ਸੀਗਾ ਜੇ ਤਾਂ ਕਿ ਜਿਹੜੀਆਂ ਲਾਕਡਾਊਨ ਦੇ ਦੌਰਾਨ ਜ਼ਰੂਰੀ ਵਸਤਾਂ ਨੇ ਜਿਹੜੀਆਂ ਉਹ ਘਰ ਤੱਕ ਜਿਹੜੀਆਂ ਉਹ ਪਹੁੰਚਾਈਆਂ ਜਾ ਸਕਣਾ ਠੀਕ ਹੈ ਜੀ ਉਸ ਤੋਂ ਬਾਅਦ ਭਾਰਤ ਦੇ ਨੰਬਰ 3 ਹੈ ਕਿ ਭਾਰਤ ਵਿੱਚ ਵਿਕਸਿਤ ਹੋਈ ਕੋਵਿਡ ਟੈਸਟ ਕਿਟ ਦਾ ਕੀ ਨਾਮ ਹੈ ਜਿਹੜੀ ਭਾਰਤ ਦੇ ਵਿੱਚ ਸਵਦੇਸ਼ੀ ਤੌਰ ਤੇ ਬਣੀਆਂ ਕੋਵਿਡ ਟੈਸਟ ਕਿਟ ਉਹਦਾ ਜਿਹੜਾ ਨਾਮ ਹੈਗਾ ਪੈਥੋਕਿਟ ਹੈ ਇਹ ਤੁਸੀਂ ਜ਼ਰੂਰ ਨੋਟ ਕਰਨਾ ਜੀ ਇਹ ਪ੍ਰਸ਼ਨ ਵੀ ਇੰਪੋਰਟੈਂਟ ਹੈ ਜੀ ਠੀਕ ਹੈ ਤੇ ਇਹ ਪ੍ਰਸ਼ਨ ਵੀ ਜਿਹੜਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗੇ ਆ ਇਹਨਾਂ ਨੂੰ ਤੁਸੀਂ ਜ਼ਰੂਰ ਨੋਟ ਕਰਨਾ ਅੱਗੇ ਆਪਣੇ ਕੋਲ ਪ੍ਰਸ਼ਨ ਬਣਦਾ ਵਾ ਕਿ ਕੀ ਬੈਂਕ ਨੂੰ ਪੀਐਮ ਕੇਅਰ ਫੰਡ ਨੇ ਸੌਰੀ ਇੱਥੇ ਕੀ ਲਿਖਿਆ ਗਿਆ ਇੱਥੇ ਕੀ ਲਿਖਣਾ ਸੀਗਾ ਠੀਕ ਹੈ ਜੀ ਤੇ ਇੱਥੇ ਲਿਖਣਾ ਸੀਗਾ ਕਿਸ ਬੈਂਕ ਨੇ ਪੀਐਮ ਕੇਅਰ ਫੰਡ ਦੀ ਦਾਨ ਕੀਤੀ ਗਈ ਜਿਹੜੀ ਰਕਮ ਹੈ ਉਸ ਨੂੰ ਇਕੱਠਾ ਕਰਨ ਦਾ ਜਿਹੜਾ ਚੁਣਿਆ ਮਤਲਬ ਕਿ ਜਿਹੜੀ ਵੀ ਪੀਐਮ ਕੇਅਰ ਫੰਡ ਦੇ ਵਿੱਚ ਜਿਹੜੀ ਵੀ ਦਾਨ ਰਕਮ ਇਕੱਠੀ ਹੋਈ ਉਹਦੀ ਦੇਖਰੇਖ ਉਹਦਾ ਜਿਹੜਾ ਸਬਕਤਾਬ ਰੱਖਣ ਲਈ ਜਿਹੜੀ ਹੈਗੀ ਕਿਸ ਬੈਂਕ ਨੂੰ ਚੁਣਿਆ ਗਿਆ ਤਾਂ ਉਹ ਜਿਹੜੀ ਹੈਗੀਆਂ ਇੰਡੀਅਨ ਓਵਰਸੀਜ਼ ਬੈਂਕ ਹੈ ਜਿਹੜੀ ਉਹ ਚੁਣੀ ਗਈ ਹੈ ਪੀਐਮ ਕੇਅਰ ਫੰਡ ਦੀ ਜਿਹੜੀ ਦੇਖਰੇਖਾ ਉਹਦੇ ਸਾਰੇ ਸਬਕਤਾਬ ਦੇ ਲਈ ਜਿਹੜੀ ਇੰਡੀਅਨ ਓਵਰਸੀਜ਼ ਬੈਂਕ ਹੈ ਜਿਹੜੀ ਉਹ ਚੁਣੀ ਗਈ ਸੀ ਇਹ ਪ੍ਰਸ਼ਨ ਹੋ ਜਾਂਦਾ ਉਸ ਤੋਂ ਅੱਗੇ ਆਪਣੇ ਕੋਲ ਆ ਕਿ ਕਿਸੇ ਸ਼ਹਿਰ ਦੇ ਚਿੜੀਆ ਘਰ ਵਿੱਚ ਬਾਗ ਜਿਹੜੀ ਮਤਲਬ ਕਿ ਫੀਮੇਲ ਬਾਗ ਸੀ ਉਹ ਕਰੋਨਾ ਪੋਜ਼ਿਟਿਵ ਪਾਈ ਗਈ ਸੀ ਤਾਂ ਜਿਹੜੀ ਹੈਗੀ ਆਪਣੀ ਨਿਊਯਾਰਕ ਸ਼ਹਿਰ ਹੈ ਜਿਹੜਾ ਠੀਕ ਹੈ ਜੀ ਉੱਥੋਂ ਦੇ ਜਿਹੜੇ ਹੈਗਾ ਨਾਈਡਾ ਨਾਮ ਦੀ ਜਿਹੜੀ ਇੱਕ ਬਾਗ ਸੀਗੀ ਉਹਨੂੰ ਜਿਹੜਾ ਹੈਗਾ ਸੀ ਕਰੋਨਾ ਪੋਜ਼ਿਟਿਵ ਪਾਇਆ ਗਿਆ ਸੀ ਬਾਗ ਦਾ ਨਾਮ ਸੀ ਨਾਈਡਾ ਠੀਕ ਹੈ ਤੇ ਸ਼ਹਿਰ ਸੀ ਜਿਹੜਾ ਉਹ ਨਿਊਯਾਰਕ ਸ਼ਹਿਰ ਸੀਗਾ ਠੀਕ ਹੈ ਜੀ ਉਸ ਤੋਂ ਅੱਗੇ ਆਪਣੇ ਕੋਲੇ ਬਣਦਾ ਕਿ ਕਿੱਥੋਂ ਦੀ ਸਰਕਾਰ ਨੇ ਕਨੋਨਾ ਨਾਲ ਨਜਿੱਠਣ ਲਈ 5T ਜਿਹੜੀਆਂ ਨੇ ਪਲਾਨ ਸ਼ੁਰੂ ਕੀਤਾ ਤਾਂ ਦਿੱਲੀ ਸਰਕਾਰ ਨੇ ਜਿਹੜੀਆਂ 5T ਪਲਾਨ ਜਿਹੜਾ ਸ਼ੁਰੂ ਕੀਤਾ 5T ਦੇ ਵਿੱਚ ਕੀ ਹੁੰਦਾ ਮਤਲਬ ਕੋਈ ਪੰਜ T ਨਹੀਂ ਹੈ ਉਹਨਾਂ T ਦੇ ਜਿਹੜਾ ਆਪਣਾ ਅਲਫਾਬੈਟਿਕਲ T ਹੈ ਉਸ ਦੇ ਜਿਹੜੇ ਡਿਫਰੈਂਟ ਵਰਕ ਹੈ ਜਿੱਦਾਂ ਕਿ ਤੁਹਾਨੂੰ ਦੱਸਦਾ ਮੈਂ ਤੇ ਫਰਸਟ ਉਸ ਦਾ ਜਿਹੜਾ ਹੈਗਾ ਟਾਰਗੇਟ ਸੀਗਾ ਕਿ ਜਿੰਦਾ ਤੋਂ ਜ਼ਿਆਦਾ ਟੈਸਟਿੰਗ ਕਰਨੀ ਠੀਕ ਹੈ ਫਰਸਟ ਟੀ ਤੇ ਸੈਕੰਡ ਟੀ ਸੀਗੀ ਕਿ ਪੋਜ਼ਿਟਿਵ ਮਰੀਜ਼ਾਂ ਦੀ ਟ੍ਰੇਸਿੰਗ ਕਰਨੀ ਵੀ ਉਹ ਜਿਹੜੇ ਪੋਜ਼ਿਟਿਵ ਮਰੀਜ਼ਾ ਹੋ ਉਹ ਜੇ ਤੱਕ ਘਰ ਦੇ ਵਿੱਚ ਕੁਆਰੰਟੀਨ ਆ ਤਾਂ ਉਹ ਕਿੱਥੇ ਰਹਿ ਰਹੇ ਆ ਉਹ ਬਾਹਰ ਤਾਂ ਨਹੀਂ ਨਿਕਲ ਰਹੇ ਜਾਂ ਨਿਕਲ ਰਹੇ ਤਾਂ ਕਿੰਨੇ ਕਿੰਨਾਂ ਨੂੰ ਮਿਲ ਰਿਹਾ ਠੀਕ ਹੈ ਫਰਸਟ ਟੀ ਹੋਗੀ ਟੈਸਟਿੰਗ ਸੈਕੰਡ ਟੀ ਹੋਗੀ ਟ੍ਰੇਸਿੰਗ ਥਰਡ ਟੀ ਹੋਗੀ ਟਰੀਟਮੈਂਟ ਮਤਲਬ ਕਿ ਇਲਾਜ ਫੋਰਥ ਟੀ ਹੋਗੀ ਟੀਮ ਵਰਕ ਰਲਕੇ ਕੰਮ ਕਰਨਾ ਅਤੇ ਜਿਹੜੀ ਫਾਈਨਲ ਮਾਨਟਰੀਂਗ ਸੀ ਜਿਹੜੀ ਹੈਗੀ ਉਹ ਇਸ ਦੇ ਵਿੱਚ ਇਨਕਲੂਡ ਹੁੰਦੀ ਹੈ ਤਾਂ ਜਿਹੜੇ 5T ਦਾ ਸਿਧਾਂਤ ਸੀ ਜਿਹੜਾ ਉਹ ਦਿੱਲੀ ਸਰਕਾਰ ਨੇ ਸ਼ੁਰੂ ਕੀਤਾ ਸੀਗਾ ਠੀਕ ਹੈ ਜੀ ਉਸ ਤਰ੍ਹਾਂ ਕਿ ਆਪਣੇ ਕੋਲ ਪ੍ਰਸ਼ਨ ਹੈ ਕਿ ਕਿਸ ਕੰਪਨੀ ਦੇ ਸੀਓ ਨੇ ਕਰੋਨਾ ਨਾਲ ਨਿਪਟਣ ਲਈ 1 ਬਿਲੀਅਨ ਡਾਲਰ ਦੀ ਜਿਹੜੀ ਹੈਗੀ ਰਕਮ ਦਾਣ ਕੀਤੀ ਸੀਗੀ ਤਾਂ ਜਿਹੜੀ ਹੈਗੀ ਐ ਟਵਿੱਟਰ ਨੇ ਜਿਹੜੀ ਹੈਗੀ ਟਵਿੱਟਰ ਦੇ ਸੀਓ ਨੇ ਜਿਹੜੇ ਹੈਗੇ ਸੀ ਕਰੋਨਾ ਨਾਲ ਨਜਿੱਠਣ ਦੇ 1 ਬਿਲੀਅਨ ਡਾਲਰ ਜਿਹੜਾ ਉਹ ਦਾਨ ਕੀਤੇ ਸੀਗੇ कोरोना ਨਾਲ ਨਿਪਟਣ ਲਈ ਸਰਕਾਰ ਨੇ ਕਿਹੜਾ ਲਰਨਿੰਗ ਐਪ ਲਾਂਚ ਸ਼ੁਰੂ ਕੀਤਾ ਸੀਗਾ ਤਾਂ ਜਿਹੜਾ ਆਈ ਗਾਟ ਐਪ ਹੈ ਜਿਹੜਾ ਵੈਸੇ ਤਾਂ ਇਹ 2018 ਦੇ ਵਿੱਚ ਹੀ ਲਾਂਚ ਕੀਤਾ ਗਿਆ ਸੀਗਾ ਆਈ ਗਾਟ ਜਿਹੜਾ ਐਪ ਹੈਗਾ ਬਟ ਜਿਹੜਾ ਕੋਰੋਨਾ ਨਾਲ ਨਜਿੱਠਣ ਦੇ ਲਈ ਜਿਹੜੇ ਕੋਰੋਨਾ ਦੇ ਗਾਇਡਲਾਈਨ ਸੀਗੀਆਂ ਜਾਂ ਕੋਰੋਨਾ ਨਾਲ ਕਿਵੇਂ ਨਿਪਟਿਆ ਜਾ ਸਕਦਾ ਹੈ ਕੀ ਇਹਦੇ ਲੱਛਣ ਨੇ ਡਾਕਟਰ ਨੂੰ ਕੀ ਕੁਝ ਕਰਨਾ ਚਾਹੀਦਾ ਉਹਦੇ ਨਾਲ ਰਿਲੇਟਡ ਜਿਹੜੀ ਸਾਰੀ ਜਾਣਕਾਰੀ ਸੀ ਉਹ ਉਹਨਾਂ ਨੇ ਫਿਰ ਆਮ ਲੋਕਾਂ ਦੇ ਲਈ ਤੇ ਡਾਕਟਰਾਂ ਲਈ ਜਿਹੜੀ ਹੈਗੀ ਇਸ ਤੇ ਪਾ ਦਿੱਤੀ ਸੀ ਤਾਂ ਕਰਕੇ ਜਿਹੜਾ ਹੈਗਾ ਕਰੋਨਾ ਨਾਲ ਨਜਿੱਠਣ ਦੇ ਲਈ ਆਈ ਗੌਟ ਐਪ ਹੈ ਜਿਹੜਾ ਉਹ ਲਾਂਚ ਕੀਤਾ ਗਿਆ ਚੁਣਿਆ ਗਿਆ ਸੀਗਾ ਠੀਕ ਹੈ ਜੀ ਉਸ ਤੋਂ ਦਾ ਹੈਗਾ ਸੀਗਾ ਅੱਗੇ ਆਪਣੇ ਕੋਲੇ ਪ੍ਰਸ਼ਨ ਬਣਦਾ ਵਾ ਕਿ ਕਿੱਥੋਂ ਕਰੋਨਾ ਨਾਲ ਸੰਬੰਧਿਤ ਜਿਹੜਾ ਹੈਗਾਗਾ ਕਿਸ ਕਿੱਥੋਂ ਦੇ ਜਿਹੜੇ ਹੈਗੇ ਆ ਕਿ ਸਰਕਾਰ ਨੇ ਕਰੋਨਾ ਨਾਲ ਸੰਬੰਧਿਤ 24 7 ਮਤਲਬ ਕਿ 24 ਘੰਟੇ 7 ਡੇਜ਼ ਵਾਲਾ ਜਿਹੜਾ ਚੈਨਲ ਸ਼ੁਰੂ ਕੀਤਾ ਸੀ ਕਰੋਨਾ ਕੋਵਿਡ 24 ਡੇ ਸੌਰੀ 24 ਘੰਟੇ 7 ਡੇ ਤਾਂ ਅੰਡੇਮਨ ਨਿਕੋਬਾਰ ਜਿਹੜਾ ਹੈਗਾ ਉੱਥੇ ਇਹ ਜਿਹੜਾ ਹੈਗਾ ਇਹ ਚੈਨਲ ਆ ਜਿਹੜਾ ਉਹ ਸ਼ੁਰੂ ਕੀਤਾ ਗਿਆ ਜਿਸ ਦੇ ਉੱਤੇ ਜਿਹੜੀਆਂ ਕਰੋਨਾ ਨਾਲ ਸੰਬੰਧਿਤ ਸਾਰੀਆਂ ਅਪਡੇਟਸ ਜਿਹੜੀਆਂ ਉਹ 24 ਘੰਟੇ ਸੱਤੋ ਦਿਨ ਚੱਲਦੀਆਂ ਰਹਿੰਦੀਆਂ ਸੀਗੀਆਂ ਤੇ ਉਸ ਤੋਂ ਬਾਅਦ ਅੱਗੇ ਆਪਣੇ ਕੋਲ ਪ੍ਰਸ਼ਨ ਹੈ ਕਿ ਆਪਰੇਸ਼ਨ ਸ਼ੀਲਡ ਕਿਸ ਸਰਕਾਰ ਨੇ ਸ਼ੁਰੂ ਕੀਤਾ ਸੀ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਹੈ ਵੀ ਆਪਰੇਸ਼ਨ ਸ਼ੀਲਡ ਜਿਹੜਾ ਉਹ ਦਿੱਲੀ ਦੀ ਸਰਕਾਰ ਨੇ ਉਹ ਜਿਹੜਾ ਉਹ ਸ਼ੁਰੂ ਕੀਤਾ ਸੀਗਾ ਤੇ ਉਸ ਤੋਂ ਅੱਗੇ ਆਪਣੇ ਕੋਲ ਪ੍ਰਸ਼ਨ ਬਣਦਾ ਵਾ ਕਿ ਯੁਗਤੀ ਪੋਰਟਲ ਕਿਸ ਨੇ ਸ਼ੁਰੂ ਕੀਤਾ ਸੀ ਤਾਂ ਜਿਹੜਾ ਯੁਗਤੀ ਪੋਰਟਲ ਸੀਗਾ ਠੀਕ ਹੈ ਜੀ ਇਹ ਜਿਹੜਾ এম ਐਚ ਆਰ ਡੀ ਨੇ ਜਿਹੜਾ ਸ਼ੁਰੂ ਕੀਤਾ ਸੀਗਾ ਜਿਸ ਦੀ ਫੁੱਲ ਫਾਰਮ ਹੈਗਾ ਮਿਨਿਸਟਰੀ ਆਫ ਹਿਊਮਨ ਰਿਸੋਰਸ ਡਿਵੈਲਪਮੈਂਟ ਠੀਕ ਹੈ ਜੀ ਤੇ ਇਸ ਨੂੰ ਜਿਹੜਾ ਲਾਂਚ ਕੀਤਾ ਸੀਗਾ ਸ਼ੁਰੂ ਕੀਤਾ ਸੀਗਾ ਪੋਰਟਲ ਨੂੰ ਤਾਂ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਸੀ ਜਿਹੜੇ ਰਮੇਸ਼ ਪੋਖਰਿਆਲ ਨੇ ਜਿਹੜਾ ਹੈਗਾ ਸੀ ਇਸ ਕੈਂਪੇਨ ਨੂੰ ਸ਼ੁਰੂ ਕੀਤਾ ਸੀਗਾ ਤੇ ਇਹ 13 ਅਪ੍ਰੈਲ 2020 ਨੂੰ ਜਿਹੜਾ ਸ਼ੁਰੂ ਕੀਤਾ ਸੀ ਇਹ ਮੋਸਟ ਇੰਪੋਰਟੈਂਟ ਪ੍ਰਸ਼ਨ ਹੈ ਇਸ ਲਈ ਮੈਂ ਇਹਦੇ ਬਾਰੇ ਜਿਹੜੀ ਡਿਟੇਲਡ ਜਾਣਕਾਰੀ ਉਹ ਦਿੱਤੀ ਆ ਤੇ ਉਸ ਤੋਂ ਬਾਅਦ ਅੱਗੇ ਆਪਣੇ ਕੋਲੇ ਪ੍ਰਸ਼ਨ ਬਣਦਾ ਵਾ ਕਿ ਫੂਡ ਬੈਂਕ ਦੀ ਫੂਡ ਬੈਂਕ ਦੀ ਜਿਹੜੀ ਹੈਗੀ ਸੀ ਪਹਿਲ ਦੀ ਸ਼ੁਰੂਆਤ ਕਿਸ ਨੇ ਕੀਤੀ ਸੀ ਫੂਡ ਬੈਂਕ ਪਹਿਲ ਦੀ ਸ਼ੁਰੂਆਤ ਜਿਹੜੀ ਹੈਗੀ ਸੀ ਮਨੀਪੁਰ ਸਰਕਾਰ ਨੇ ਜਿਹੜੀ ਉਹ ਕੀਤੀ ਸੀ ਜਿਸ ਦੇ ਅਕੋਰਡਿੰਗ ਜਿਹੜੇ ਹੈਗੇ ਸੀਗੇ ਕਰੋਨਾ ਦੌਰਾਨ ਜਿਹੜੇ ਵੀ ਹੈਗੀ ਸੀ ਲੋੜਵੰਦਾਂ ਨੂੰ ਫੂਡ ਜਿਹੜਾ ਮੁਹਈਆ ਕਰਵਾਇਆ ਜਾਂਦਾ ਸੀ ਫੂਡ ਬੈਂਕ ਦੀ ਸ਼ੁਰੂਆਤ ਕਰਕੇ ਤਾਂ ਸੈਨੀਟਾਈਜ਼ 터ਨਲ ਸਥਾਪਿਤ ਕਰਨ ਵਾਲਾ ਪਹਿਲਾ ਰੇਲਵੇ ਸਟੇਸ਼ਨ ਕਿਹੜਾ ਤਾਂ ਜਿਹੜੀ ਹੈਗੀ ਸੀ ਸੈਨੀਟਾਈਜ਼ਡ 터ਨਲ ਮਤਲਬ ਕਿ ਜਿੰਨੇ ਵੀ ਜਿਹੜੇ ਹੈਗੇ ਸੀਗੇ ਯਾਤਰੀ ਸੀ ਉਹਨਾਂ ਨੂੰ ਆਉਣ ਜਾਣ ਦੇ ਠੀਕ ਹੈ ਪੜਾ ਸੀਗੇ ਜਿੱਦਾਂ ਕਿ ਟਿਕਟਿੰਗ ਕਾਊਂਟਰ ਤੋਂ ਲੈ ਕੇ ਅੱਗੇ ਜਿਹੜੀ ਟਿਕਟ ਰਿਜ਼ਰਵੇਸ਼ਨ ਸਾਰਾ ਕੁਝ ਉਹਨਾਂ ਦਾ ਜਿਹੜਾ ਹੈਗਾ ਸੀਗਾ ਉਹਦੇ ਦੌਰਾਨ ਜਿਹੜਾ ਹੈਗਾ ਸੀਗਾ ਕਿ ਇਹਨਾਂ ਨੂੰ ਜਾਤੀ ਨੂੰ ਸੈਨੀਟਾਈਜ਼ ਕਰਨ ਦੇ ਲਈ ਇੱਕ ਟਰਨਲ ਬਣਾਈ ਗਈ ਸੀ ਤਾਂ ਜਿਹੜੀ ਸਭ ਤੋਂ ਪਹਿਲੀ ਟਰਨਲ ਸੀ ਉਹ ਅਹਮਦਾਬਾਦ ਰੇਲਵੇ ਸਟੇਸ਼ਨ ਜਿਹੜੀ ਹੈਗੀ ਉਹ ਬਣਾਈ ਸੀਗੀ ਉਸ ਤੋਂ ਅੱਗੇ ਆਪਣੇ ਕੋਲ ਆਉਂਦਾ ਕਿ ਕਰੋਨਾ ਨੂੰ ਕਰੋਨਾ ਤੇ ਜਿੱਤ ਪ੍ਰਾਪਤ ਕਰਨ ਲਈ ਕਰੋਨਾ ਨੂੰ ਜਿੱਤਣ ਲਈ ਜਿਹੜਾ ਹੈਗਾ ਫਤਿਹ ਆਪਰੇਸ਼ਨ ਹੈ ਜਿਹੜਾ ਫਤਿਹ ਕੈਂਪੇਨ ਹੈ ਉਹ ਕਿਸ ਨੇ ਸ਼ੁਰੂ ਕੀਤਾ ਸੀ ਤਾਂ ਇਹ ਮੋਸਟ ਇੰਪੋਰਟੈਂਟ ਪ੍ਰਸ਼ਨ ਵੀ ਇਹ ਜ਼ਰੂਰ ਨੋਟ ਕਰਨਾ ਠੀਕ ਹੈ ਮੈਂ ਇਹਦੇ ਬਾਰੇ ਤੁਹਾਨੂੰ ਇਹ ਹੀ ਦੱਸੂਗਾ ਕਿ ਜਿਹੜੀ ਹੈ ਪੰਜਾਬ ਸਰਕਾਰ ਨੇ ਸੀਐਮ ਕੈਪਟਨ ਮਰਿੰਦਰ ਸਿੰਘ ਨੇ ਹੈਗਾ ਸੀ ਜਿਹੜਾ ਉਹ ਆਪਰੇਸ਼ਨ ਮਿਸ਼ਨ ਫਤਿਹ ਸ਼ੁਰੂ ਕੀਤਾ ਸੀਗਾ ਤੇ ਤੁਸੀਂ ਪਲੀਜ਼ ਕਮੈਂਟ ਬਾਕਸ ਦੇ ਵਿੱਚ ਦੱਸਣਾ ਕਿ ਜਿਹੜਾ ਹੈ ਆਪਰੇਸ਼ਨ ਫਤਿਹ ਹੈ ਮਿਸ਼ਨ ਫਤਿਹ ਹੈ ਇਹ ਕਦੋਂ ਸ਼ੁਰੂ ਕੀਤਾ ਸੀਗਾ ਇਸ ਦੀ ਜਿਹੜੀ ਡਿਟੇਲ ਜਾਣਕਾਰੀ ਤੁਸੀਂ ਦੱਸ ਦੇਣੀ ਕਦੋਂ ਤੇ ਕਿੱਥੋਂ ਸ਼ੁਰੂ ਕੀਤਾ ਸੀਗਾ ਠੀਕ ਹੈ ਜੀ ਇਹ ਤੁਸੀਂ ਪਲੀਜ਼ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਨਾ ਜੇਕਰ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਕਿ ਤੁਹਾਨੂੰ ਨਹੀਂ ਜਾਣਕਾਰੀ ਤੁਹਾਨੂੰ ਕੋਈ ਤਾਂ ਪਲੀਜ਼ ਮੈਂ ਤੁਹਾਨੂੰ ਜਿਹੜਾ ਹੈਗਾ ਉਹ ਕਮੈਂਟ ਦੇ ਵਿੱਚ ਹੀ ਤੁਹਾਨੂੰ ਜਿਹੜਾ ਹੈਗਾ ਕਮੈਂਟ ਪਿੰਨ ਕਰਕੇ ਦੱਸ ਦਊਂਗਾ ਤੁਸੀਂ ਜ਼ਰੂਰ ਦੇਖ ਲੈਣਾ ਬਟ ਹੋ ਸਕੇ ਆ ਤੁਸੀਂ ਜ਼ਰੂਰ ਇਹਦੇ ਬਾਰੇ ਜਿਹੜਾ ਹੈਗਾ ਕਮੈਂਟ ਕਰਨਾ ਕਿ ਕਦੋਂ ਸ਼ੁਰੂ ਕੀਤਾ ਸੀ ਤੇ ਜਿਹੜਾ ਹੈਗਾ ਸੀਗਾ ਤੇ ਕਦੋਂ ਸ਼ੁਰੂ ਕੀਤਾ ਸੀ ਤੇ ਕਿੱਥੋਂ ਇਸ ਦੀ ਜਿਹੜੀ ਸ਼ੁਰੂਆਤ ਕੀਤੀ ਸੀਗੀ ਤੇ ਉਸ ਤੋਂ ਬਾਅਦ ਅੱਗੇ ਆਪਣੇ ਕੋਲ ਪ੍ਰਸ਼ਨ ਹੁੰਦਾ ਕਿ ਕਿਸ IIT ਨੇ ਡਿਜੀਟਲ ਸਥੈਥੋਸਕੋਪ ਆਯੁਸ਼ੰਕ ਵਿਕਸਿਤ ਕੀਤਾ ਠੀਕ ਹੈ ਜੀ ਆਈਓ ਸੈਂਕ ਜਿਹੜਾ ਹੈਗਾ ਸੀਗਾ ਡਿਜੀਟਲ ਸਥੈਥੋਸਕੋਪ ਸੀ ਜਿਹੜਾ ਇਹ ਇੱਕ ਸਟੈਥੋਸਕੋਪ ਸੀ ਜਿਹੜਾ ਕਿ ਨਾਰਮਲ ਸੀਗਾ ਬਟ ਜਿਹੜਾ ਉਸ ਦੇ ਵਿੱਚ ਮੋਡੀਫਿਕੇਸ਼ਨ ਕਰਕੇ ਉਸ ਨੂੰ ਅਪਡੇਟ ਕਰਕੇ ਜਿਹੜਾ ਹੈਗੇ ਸੀਗਾ ਉਹਦੇ ਵਿੱਚ ਡਿਜੀਟਲੀ ਉਹਨੂੰ ਜਿਹੜਾ ਹੈਗਾ ਸੀਗਾ ਬਣਾ ਦਿੱਤਾ ਸੀ ਤਾਂ ਆਈਆਈਟੀ ਬੋਂਦੇ ਹੈਗੇ ਜਿਹੜਾ ਉਹਨਾਂ ਨੇ ਇਹ ਸਥੈਥੋਸਕੋਪ ਨੂੰ ਜਿਹੜਾ ਹੈਗਾ ਡਿਜੀਟਲੀ ਕਰ ਦਿੱਤਾ ਸੀ ਤੇ ਹੁਣ ਇਹਦੇ ਵਿੱਚ ਜਿਹੜਾ ਹੈਗਾ ਸੀਗਾ ਤੁਸੀਂ ਕੋਈ ਵੀ कोरोना ਦੇ ਟੈਸਟਿੰਗ ਲਈ ਕੋਈ ਵੀ ਜਿਹੜੇ ਹੈਗੇ ਸੀ ਵਰਤੂ ਦੇ ਲਈ ਤੁਸੀਂ ਇਸ ਦੇ ਵਿੱਚ ਇੱਕ ਲੀਡ ਲਗਾ ਕੇ ਜਾਂ ਕੋਈ ਵਾਇਰ ਲਗਾ ਕੇ ਇਸ ਨੂੰ ਜਿਹੜਾ ਹੈਗਾ ਸੀ ਕੰਪਿਊਟਰ ਨਾਲ ਜਾਂ ਫੋਨ ਨਾਲ ਅਟੈਚ ਕਰ ਸਕਦੇ ਹੋ ਤੇ ਇਹ ਜਿਹੜਾ ਹੈਗਾ ਸੀ ਡਿਜੀਟਲੀ ਕਰ ਦਿੱਤਾ ਸੀ IIT बॉम्बे ਨੇ ਠੀਕ ਹੈ ਜੀ ਇਹ ਵੀ ਬਹੁਤ ਜਿਆਦਾ ਇੰਪੋਰਟੈਂਟ ਪ੍ਰਸ਼ਨ ਹੈ ਬਟ ਇਹ ਤੁਸੀਂ ਜ਼ਰੂਰ ਗੌਰ ਕਰਨੀ ਠੀਕ ਹੈ ਜੀ ਮਿਸ਼ਨ ਫਤਿਹ ਕਦੋਂ ਸ਼ੁਰੂ ਕੀਤਾ ਸੀ ਕਿਸ ਨੇ ਸ਼ੁਰੂ ਕੀਤਾ ਸੀ ਤੇ ਕਿਹੜੀ ਸਰਕਾਰ ਹੈ ਜਿਹੜੀ ਉਸਨੇ ਨੂੰ ਕਿਹੜੇ ਕੰਮ ਦੇ ਲਈ ਸ਼ੁਰੂ ਕੀਤਾ ਸੀਗਾ ਠੀਕ ਹੈ ਇਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਕਿ ਪੰਜਾਬ ਸਰਕਾਰ ਨੇ ਜਿਹੜਾ ਹੈਗਾ ਸੀ ਮਿਸ਼ਨ ਆਪਰੇਸ਼ਨ ਫਤਿਹ ਸ਼ੁਰੂ ਕੀਤਾ ਸੀਗਾ ਤੇ ਸੀਐਮ ਕੈਪਟਨ ਮਨਿੰਦਰ ਸਿੰਘ ਨੇ ਇਹਨਾਂ ਨੂੰ ਸ਼ੁਰੂ ਕੀਤਾ ਸੀ ਬਟ ਕਮੈਂਟ ਬਾਕਸ ਦੇ ਵਿੱਚ ਦੱਸਣਾ ਕਿ ਕਦੋਂ ਸ਼ੁਰੂ ਕੀਤਾ ਸੀ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਹੈ ਅੱਗੇ ਕਿ ਕਿਸ ਨੇ ਕੋਵਿਡ ਰਿਸਪੌਂਸ ਪੈਕੇਜ ਨੂੰ ਵਧਾ ਕੇ 20 ਬਿਲੀਅਨ ਡਾਲਰ ਕਰਤਾ ਜਿਹੜੀ ਹੈਗੀ ਹੈ ਕਿ ਕਿਸ ਆਰਗੇਨਾਈਜੇਸ਼ਨ ਹੈ ਜਿਸ ਨੇ ਹੈਗਾ ਸੀ ਜਿਹੜਾ ਕੋਵਿਡ ਰਿਸਪੌਂਸ ਪੈਕੇਜ ਹੈ ਜਿਸ ਨੂੰ ਵਧਾ ਕੇ 20 ਮਿਲੀਅਨ ਬਿਲੀਅਨ ਡਾਲਰ ਕਰਤਾ ਤਾਂ ਸੀ ਤਾਂ ਐਬੀਡੀ ਜਿਹੜੀ ਏਸ਼ੀਅਨ ਡਿਵੈਲਪਮੈਂਟ ਬੈਂਕ ਹੈਗੀ ਠੀਕ ਹੈ ਜੀ ਏਸ਼ੀਅਨ ਡਿਵੈਲਪਮੈਂਟ ਬੈਂਕ ਹੈ ਜੀ ਜਿਹੜੀ ਇਸਨੇ ਹੈਗਾ ਸੀ ਜਿਹੜਾ ਕੋਵਿਡ ਰਿਸਪੌਂਸ ਪੈਕੇਜ ਨੂੰ 20 ਬਿਲੀਅਨ ਵਧਾ ਦਿੱਤਾ ਸੀਗਾ ਡਾਲਰ ਵਧਾ ਕੇ 20 ਬਿ 20 ਬਿਲੀਅਨ ਡਾਲਰ ਕਰਤਾ ਸੀ ਤਾਂ ਇਹ ਤੁਸੀਂ ਜ਼ਰੂਰ ਨੋਟ ਕਰਨਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਹੈ ਵੀ ਏ ਬੀ ਏ ਡੀ ਬੀ ਬੈਂਕ ਇੰਡੀਅਨ ਹਾ ਸੌਰੀ ਏਸ਼ੀਅਨ ਡਿਵੈਲਪਮੈਂਟ ਬੈਂਕ ਜਿਹੜੀ ਕਿ 19 ਦਸੰਬਰ 2000 ਸੌਰੀ 19 ਦਸੰਬਰ 1968 ਨੂੰ ਜਿਹੜੀ ਹੈਗੀ ਹੈ ਬਣੀ ਸੀਗੀ ਤੇ ਹੈੱਡਕੁਆਰਟਰ ਇਸ ਦਾ ਮਨੀਲਾ ਫਿਲੀਪੀਨਜ਼ ਦੇ ਵਿੱਚ ਹੈਗਾ ਵਾ ਤੇ ਇਸ ਦੇ ਜਿਹੜੇ ਮੈਂਬਰ ਦੇਸ਼ ਨੇ ਹੋ 68 ਨੇਗੇ ਠੀਕ ਹੈ ਜੀ 68 ਇਸ ਦੇ ਮੈਂਬਰ ਨੇਗੇ ਦੇਸ਼ ਤੇ ਇਸ ਦਾ ਜਿਹੜਾ ਮੁੱਖ ਪ੍ਰਧਾਨ ਜਿਹਨੂੰ ਆਪਾਂ ਸਚਿਵ ਵੀ ਕਹਿ ਦਿੰਦੇ ਆ ਤਾਂ ਮਸਾਸੁਕ ਅਸਾਕਾਵਾ ਜਿਹੜੇ ਹੈਗੇ ਉਹ ਗਰੰਟਲੀ ਜਿਹੜੇ ਹੈਗੇ ਇਸ ਦੇ ਸਚਿਵ ਹੈਗੇ ਆ ਉਸ ਤੋਂ ਬਾਅਦ ਅੱਗੇ ਆਪਣੇ ਕੋਲ ਇੱਕ ਕਰੋਨਾ ਮਰੀਜ਼ਾਂ ਲਈ ਜਿਹੜਾ ਹੈਗਾਗਾ ਕੋਬੋਟ ਰੋਬੋਟਿਕਸ ਜਿਹੜਾ ਹੈਗਾ ਪਹਿਲੀ ਵਾਰ ਕਿਸ ਸਰਕਾਰ ਨੇ ਬਾਤ ਤੇ ਸੀ ਤਾਂ ਕਰੋਨਾ ਮਰੀਜ਼ਾਂ ਦੀ ਜਿਹੜੀ ਦੇਖਭਾਲ ਲਤੋ ਨੇ ਟ੍ਰੀਟਮੈਂਟ ਲਈ ਹੈਗਾ ਜਿਹੜੀ 4 ਘੰਟੇ ਸਰਕਾਰ ਨੇ ਕੋਬੋਟ ਰੋਬੋਟਿਕਸ ਜਿਹੜੀ ਹੈਗੀ ਹੈ ਉਹ ਵਰਤੋਂ ਦੇ ਵਿੱਚ ਲਿਆਂਦੇ ਸੀਗੇ ਉਸ ਤੋਂ ਅੱਗੇ ਆਪਣੇ ਕੋਲੇ ਪ੍ਰਸ਼ਨ ਹੈ ਕਿ ਟੀਮ ਮਾਸਕ ਫੋਰਸ ਦਾ ਗਠਨ ਕਿਸ ਨੇ ਕੀਤਾ ਤਾਂ ਜਿਹੜੀ ਟੀਮ ਮਾਸਕ ਫੋਰਸ ਹੈ ਉਸ ਦਾ ਗਠਨ ਸੀ ਜਿਹੜਾ BCCI ਜਿਹੜੀ ਕਿ ਆਪਣੀ ਇੰਡੀਆ ਦੇ ਕ੍ਰਿਕਟ ਮੈਚ ਹੁੰਦੇ ਨੇ ਦੇ ਵਿੱਚ ਜਿੰਨੇ ਵੀ ਉਹਨਾਂ ਨੂੰ ਜਿਹੜੀ ਹੈਗੀ ਹੈ ਲੀਡ ਕਰਦੇ ਉਹਨਾਂ ਨੂੰ ਦੇਖ ਰਿਖਦੀ ਹੈਗੀ ਠੀਕ ਹੈ ਤਾਂ ਇਸ ਦੀ ਜਿਹੜੀ ਹੈਗੀ ਫੁੱਲ ਫਾਰਮ ਹੈਗੀ ਹੈ ਬੋਰਡ ਆਫ ਕੰਟਰੋਲ ਫਾਰ ਕ੍ਰਿਕਟ ਇਨ ਹਿੰਦੀ ਹੈ ਠੀਕ ਹੈ ਜੀ ਜਿਹੜੇ ਕਿਸ ਦੇ ਨਾਮ ਤੋਂ ਹੀ ਪਤਾ ਲੱਗ ਗਿਆ ਕਿ ਬੋਰਡ ਹੈ ਇਹ ਇੱਕ ਜਿਹੜੀ ਕੰਟਰੋਲ ਕਰਦਾ ਹੈ ক্রিকেট ਇੰਡੀਅਨ ক্রিকেট ਦੇ ਵਿੱਚ ਇੰਡੀਆ ਦੇ ਜਿਹੜੇ ਹੈਗੇ ক্রিকেট ਦੇ ਜਿਹੜੇ ਵੀ ਹੈਗੇ ਹੈਗੇ ਮੈਚ ਹੁੰਦੇ ਉਹਨਾਂ ਨੂੰ ਜਿਹੜਾ ਹੈਗਾ ਇਹ ਬੋਰਡ ਜਿਹੜਾ ਹੈਗਾ ਉਹ ਕੰਟਰੋਲ ਕਰਦਾ ਤੇ ਇਸ ਦੀ ਜਿਹੜੀ ਸਥਾਪਨਾ 1928 ਦੇ ਵਿੱਚ ਹੋਈ ਸੀ ਇਸ ਦੇ ਜਿਹੜੇ ਮੁੱਖ ਐਟ ਦੇ ਟਾਈਮ ਪ੍ਰਧਾਨ ਹੈਗੇ ਨੇ ਉਹ ਸੌਰਵ ਗੰਗੋਲੀ ਹੈਗੇ ਨੇ ਤੁਸੀਂ ਇਹਨਾਂ ਨੂੰ ਵੀ ਜ਼ਰੂਰ ਨੋਟ ਕਰਨਾ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਹੈ ਵੀ ਠੀਕ ਹੈ ਤਾਂ ਜਿਹੜੀ ਇੱਕ ਤੋਂ ਨੂੰ ਮੈਂ ਹੋਰ ਦੱਸ ਦਵਾਂ ਕਿ ਜਿਹੜੀ ਹੈਗੇ ਸੀਗੇ ਤੇ ਵੀ ਅੱਗੇ ਆਪਣੇ ਕੋਲੇ ਪ੍ਰਸ਼ਨ ਹੈ ਕਿ ਕੋਰੋਨਾ ਖਿਲਾਫ ਇੱਕ ਜੁਕਤਤਾ ਦਿਖਾਉਣ ਲਈ ਕਿਸ ਦੇਸ਼ ਨੇ ਹੈਗਾ ਜਿਹੜਾ ਭਾਰਤ ਦਾ ਝੰਡਾ ਜਿਹੜਾ ਹੈਗਾ ਆਪਣੇ ਜਿਹੜੇ ਸਭ ਤੋਂ ਉੱਚੇ ਪਰਬਤ ਤੇ ਪ੍ਰੋਜੈਕਟਰ ਦੇ ਥਰੂ ਜਿਹੜਾ ਹੈਗਾ ਪੇਸ਼ ਕੀਤਾ ਸੀ ਤਾਂ ਕਰੋਨਾ ਖਿਲਾਫ ਜਿਹੜੀ ਇੱਕ ਜੁਟਤਾ ਦਿਖਾਉਣ ਦੇ ਲਈ ਜਿਹੜੀ ਹੈਗੀ ਕਿੱਥੋਂ ਦੀ ਸਰਕਾਰ ਨੇ ਪ੍ਰੋਜੈਕਟਰ ਤਾਂ ਤੁਸੀਂ ਜਾਣਦੇ ਹੋਵੋਗੇ ਆਪਣੇ ਜਿਹੜੇ ਪ੍ਰੋਜੈਕਟਰ ਹੁੰਦੇ ਹੈਗੇ ਜਿਦਾਂ ਕਿ ਪ੍ਰੋਜੈਕਟਰ ਇਸ ਤੋਂ ਜਿਹੜੀ ਹੈਗੀ ਹੈਗੀ ਆਪਾਂ ਜਿਹੜੀ ਹੈਗੀ ਫਿਲਮ ਆ ਕੋਈ ਵੀ ਸਕਰੀਨ ਆਪਾਂ ਕੰਧ ਤੇ ਲਿਆ ਸਕਦੇ ਹਾਂ ਕੰਧ ਤੇ ਕੋਈ ਵੀ ਚੀਜ਼ ਸ਼ੋਅ ਹੁੰਦੀ ਹੈ ਪ੍ਰੋਜੈਕਟਰ ਦੇ ਥਰੂ ਠੀਕ ਹੈ ਤਾਂ ਕਿੱਥੋਂ ਦੀ ਸਰਕਾਰ ਮਤਲਬ ਕਿ ਕਿੱਥੋਂ ਕਿਹੜੇ ਦੇਸ਼ ਨੇ ਜਿਹੜਾ ਹੈਗਾ ਸੀਗਾ ਇਦਾਂ ਭਾਰਤ ਦੀ ਜਿਹੜੀ ਹੈ ਇੱਕ ਚੁੱਟ ਤਾਰ ਨੂੰ ਦਿਖਾਉਂਦੇ ਹੋਏ ਤਾਂ ਸਵਿਟਜ਼ਰਲੈਂਡ ਨੇ ਜਿਹੜਾ ਹੈਗਾ ਹੈ ਸੀਗਾ ਮੈਟਰ ਮੋਹਨ ਜਿਹੜਾ ਪਰਬਤ ਹੈ ਉੱਥੋਂ ਦਾ ਬਹੁਤ ਮਤਲਬ ਕਿ ਸਭ ਤੋਂ ਜਿਆਦਾ ਉੱਚਾ ਸਵਿਟਜ਼ਰਲੈਂਡ ਦਾ ਪਰਬਤ ਹੈ ਮੈਟਰ ਮੋਹਨ ਪਰਬਤ ਪਰਬਤ ਜਿਹੜਾ ਹੈਗਾ ਸੀ ਭਾਰਤ ਦਾ ਝੰਡਾ ਦਿਖਾ ਕੇ ਉਸ ਦਾ ਜਿਹੜਾ ਮਾਨ ਵਧਾਇਆ ਸੀਗਾ ਪ੍ਰੋਜੈਕਟਰ ਦੇ ਥਰੂ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਆਪਣੇ ਕੋਲੇ ਪ੍ਰਸ਼ਨ ਮਿਲਦਾ ਕਿ ਕਿਸ ਸਰਕਾਰ ਨੇ ਆਨਲਾਈਨ ਕੋਚਿੰਗ ਪਲੇਟਫਾਰਮ ਸ਼ੁਰੂ ਕੀਤਾ ਸੀਗਾ ਤਾਂ ਜਿਹੜੀ ਹੈਗੀ ਹੈ ਕਰਨਾਟਕ ਸਰਕਾਰ ਨੇ ਗੈਟ ਸੈਟ ਗੋ ਤੁਸੀਂ ਪਲੀਜ਼ ਇਸ ਦੀ ਸਪੈਲਿੰਗ ਇਹ ਯਾਦ ਰੱਖਣਾ ਕਿਉਂਕਿ ਇੱਥੇ ਵੈਸੇ ਗੈਟ ਸੈਟ ਤਾਂ ਐਸ ਈ ਟੀ ਹੁੰਦਾ ਠੀਕ ਹੈ ਬਟ ਇਹਨਾਂ ਨੇ ਸੈਟ ਜਿਹੜਾ ਉਹ ਸੀ ਨਾਲ ਸ਼ੁਰੂ ਕੀਤਾ ਗੈਟ ਸੈਟ ਗੋ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਹੈ ਇਹ ਉਲਝਾਊਗਾ ਤੁਹਾਨੂੰ ਇਸ ਲਈ ਇਸ ਨੂੰ ਜ਼ਰੂਰ ਤੁਸੀਂ ਨੋਟ ਕਰਕੇ ਜਾਣਾ ਇੰਪੋਰਟੈਂਟ ਪ੍ਰਸ਼ਨ ਕਰਨਾਟਕ ਸਰਕਾਰ ਨੇ ਆਨਲਾਈਨ ਕੋਚਿੰਗ ਜਿਹੜੀ ਹੈਗੀ ਪਲੇਟਫਾਰਮ ਸ਼ੁਰੂ ਕੀਤਾ ਸੀ ਗੈਟ ਸੈਟ ਗੋ ਤੇ ਸੈਟ ਜਿਹੜਾ ਉਹ ਸੀ ਦੇ ਨਾਲ ਇਹਦੇ ਵਿੱਚ ਲਿਆ ਜਾਂਦਾ ਤੁਸੀਂ ਸਪੈਲਿੰਗ ਜ਼ਰੂਰ ਨੋਟ ਕਰਕੇ ਜਾਣਾ ਠੀਕ ਹੈ ਭਾਰਤ ਪੇ ਨੇ ਕੋਵਿਡ ਬੀਮਾ ਸੰਬੰਧੀ ਜਿਹੜੀ ਹੈਗੀ ਸੀ ਕੋਵਿਡ ਸੰਬੰਧੀ ਬ ਸ਼ੁਰੂ ਕਰਨ ਲਈ ਕਿਸ ਬੈਂਕ ਨਾਲ ਟਾਈ ਅਪ ਕੀਤਾ ਸਮਝੌਤਾ ਕੀਤਾ ਤਾਂ ICICI ਬੈਂਕ ਹੈ ਜਿਹੜੀ ਉਸ ਦੇ ਨਾਲ ਰਲਕੇੜਾ ਹੈਗਾ ਭਾਰਤ ਭਾਰਤ ਪੇ ਇੱਕ ਜਿਹੜਾ ਹੈਗਾ ਪੇਮੈਂਟ ਮੈਥਡ ਹੈਗਾ ਠੀਕ ਹੈ ਜੀ ਇਹ ਵੀ ਇੱਕ ਆਪਣੀ ਜਿਹੜੀ ਹੈਗੀ ਹੈਗੀ Google Pay ਦੀ ਤਰ੍ਹਾਂ ਹੈਗਾਗਾ ਭਾਰਤ ਪੇ ਤਾਂ ਉਹਨੇ ਜਿਹੜਾ ਹੈਗਾ ICICI ਬੈਂਕ ਨਾਲ ਰਲਕੇੜਾ ਹੈਗਾ ਕੋਵਿਡ ਵੀ ਸੰਬੰਧੀ ਬੀਮਾ ਯੋਜਨਾ ਜਿਹੜੀ ਉਹ ਸ਼ੁਰੂ ਕਰਨ ਲਈ ਇਸ ਨਾਲ ਸਮਝੌਤਾ ਕੀਤਾ ਸੀਗਾ ਉਸ ਵੇਲੇ ਆਪਣੇ ਕੋਲ ਹੈਗਾ ਕਿ ਐਕਟਿਵ ਕੇਸ ਫਾਈਂਡਿੰਗ ਕੈਂਪੇਨ ਕਿਸ ਨੇ ਸ਼ੁਰੂ ਕੀਤਾ ਸੀ ਤਾਂ ਐਕਟਿਵ ਕੇਸ ਫਾਈਂਡਿੰਗ ਕੈਂਪੇਨ ਹੈ ਜਿਹੜਾ ਹਿਮਾਚਲ ਪ੍ਰਦੇਸ਼ ਦੀ ਜਿਹੜੀ ਸਰਕਾਰ ਨੇ ਸ਼ੁਰੂ ਕੀਤਾ ਸੀ ਤਾਂ ਅੱਗੇ ਆਪਣੇ ਕੋਲ ਇੱਕ ਪ੍ਰਸ਼ਨ ਹੋਰ ਇੰਪੋਰਟੈਂਟ ਹੈ ਵੀ ਇਹ ਤੁਸੀਂ ਜ਼ਰੂਰ ਨੋਟ ਕਰਨਾ ਠੀਕ ਹੈ ਜੀ ਕਿ ਚੀਨ ਨੇ ਕੋਵਿਡ ਇਲਾਜ ਲਈ ਕਿਸ ਜਾਨਵਰ ਦੇ ਕਿਸ ਅੰਗ ਦੀ ਸਲਾਹ ਦੁੱਤੀ ਹੈ ਕਿ ਕਿ ਜਿਹੜਾ ਚੀਨ ਨੇ ਜਿਹੜਾ ਹੈਗਾ ਕਿ ਵੀ ਕਿਸ ਅੰਗ ਦੀ ਕਿਸ ਜਾਨਵਰ ਦੇ ਕਿਸ ਅੰਗ ਦੀ ਸਲਾਹ ਦਿੱਤੀ ਕਿ ਜਿਸ ਨਾਲ ਜਿਹੜਾ ਹੈਗਾ ਕਰੋਨਾ ਦੇ ਨਾਲ ਜਿਹੜਾ ਹੁਣ ਜਿੱਠਿਆ ਜਾਊਗਾ ਤੇ ਉਹ ਜਿਹੜਾ ਹੈਗਾ ਸੀ ਭਾਲੂ ਦੇ ਪਿੱਤ ਦੀ ਜਿਹੜੀ ਹੈਗੇ ਵਰਤੋਂ ਦੇ ਨਾਲ ਠੀਕ ਹੈ ਜੀ ਕਰੋਨਾ ਦੇ ਉੱਤੇ ਜਿਹੜੀ ਹੈਗੀ ਉਹ ਜਿੱਤ ਹੋ ਸਕਦੀ ਹੈ ਕਿ ਉਹਦਾ ਇਲਾਜ ਇਸ ਦੀ ਭਾਲੂ ਦੀ ਪਿੱਤ ਦੇ ਨਾਲ ਹੋ ਸਕਦਾਗਾ ਤਾਂ ਉਸ ਤੋਂ ਅੱਗੇ ਆਪਣੇ ਕੋਲ ਪ੍ਰਸ਼ਨ ਹੈ ਕਿ ਕਰੋਨਾ ਕੇਅਰ ਬੀਮਾ ਪਾਲਸੀ ਕਿਸ ਨੇ ਸ਼ੁਰੂ ਕੀਤੀ ਸੀ ਤਾਂ ਜਿਹੜੀ ਫੋਨ ਪੇ ਆ ਇਹ ਇੰਪੋਰਟੈਂਟ ਪ੍ਰਸ਼ਨ ਹੈ ਵੀ ਕਰੋਨਾ ਕੇਅਰ ਬੀਮਾ ਪਾਲਸੀ ਜਿਹੜੀ ਉਹ ਫੋਨ ਪੇ ਨੇ ਸ਼ੁਰੂ ਕੀਤੀ ਸੀ ਜੀ ਠੀਕ ਹੈ ਜੀ ਉਸ ਤੋਂ ਅੱਗੇ ਆਪਣੇ ਕੋਲ ਪ੍ਰਸ਼ਨ ਹੈ ਕਿ ਲੋਕਾਂ ਨੂੰ ਸੈਨੀਟਾਈਜ਼ ਕਰਨ ਲਈ ਕਿ ਸਰਕਾਰ ਨੇ ਵੀ ਸੇਫ ਟਨਲ ਸ਼ੁਰੂ ਕੀਤਾ ਇਹ ਵੀ ਇੰਪੋਰਟੈਂਟ ਪ੍ਰਸ਼ਨ ਹੈ ਵੀ ਸੇਫ ਟਨਲ ਹੈ ਜਿਹੜਾ ਉਹ ਦਾਤੇਲਨ ਘੱਣਾ ਸਰਕਾਰ ਨੇ ਜਿਹੜਾ ਹੈਗਾ ਸੀਗਾ ਲੋਕਾਂ ਨੂੰ ਇਕੱਠੇ ਹੀ ਸੈਨੀਟਾਈਜ਼ ਕਰਨ ਦੇ ਲਈ ਇੱਕ ਟਨਲ ਤਿਆਰ ਕੀਤਾ ਸੀਗਾ ਠੀਕ ਹੈ ਜੀ ਉਸ ਤੋਂ ਅੱਗੇ ਆਪਣੇ ਕੋਲ ਪ੍ਰਸ਼ਨ ਬਣਦਾ ਕਿ ਆਪਰੇਸ਼ਨ ਸੰਜੀਵਨੀ ਕੀ ਹੈ ਇਹ ਵੀ ਇੰਪੋਰਟੈਂਟ ਆ ਵੀ ਠੀਕ ਹੈ ਭਾਰਤੀ ਹਵਾਈ ਸੈਨਾ ਨੇ ਜਿਹੜਾ ਆਪਰੇਸ਼ਨ ਸੰਜੀਵਨੀ ਚਲਾਇਆ ਸੀਗਾ ਠੀਕ ਹੈ ਜਿਸ ਦੇ ਥਰੂ ਉਹਨਾਂ ਨੇ ਮਾਲਦੀਵ ਨੂੰ 2. ਸੌਰੀ 6.2 ਟਨ ਜਿਹੜੀਆਂ ਦਵਾਈਆਂ ਸੀਗੀਆਂ ਉਹ ਉਹਨਾਂ ਦੀ ਅਪੂਰਤੀ ਕੀਤੀ ਸੀਗੀ ਠੀਕ ਹੈ ਤਾਂ ਸੰਜੀਵਨੀ ਜਿਹੜਾ ਹੈਗਾਗਾ ਉਹ ਜਿਹੜਾ ਹੈਗਾ ਸੀਗਾ ਮਿਸ਼ਨ ਆਪਰੇਸ਼ਨ ਭਾਰਤੀ ਹਵਾਈ ਸੈਨਾ ਨੇ ਕਿਸ ਲਈ ਸ਼ੁਰੂ ਕੀਤਾ ਸੀਗਾ ਤਾਂ ਮਾਲਦੀਵ ਨੂੰ ਜਿਹੜੇ ਹੈਗੇ 6.2 ਜਿਹੜੇ ਟਨ ਮੈਡੀਸਿਨਸ ਦੀ ਜਿਹੜੇ ਉਹ ਘਾਟ ਪੂਰੀ ਕਰਨ ਦੇ ਲਈ ਇਹਨਾਂ ਨੇ ਸੰਜੀਵਨੀ ਚਲਾਸੀ ਜਿੱਦਾਂ ਕਿ ਹਨੂਮਾਨ ਨੇ ਠੀਕ ਹੈ ਸੰਜੀਵਨੀ ਬੂਟੀ ਦੇ ਲਈ ਪੂਰਾ ਪਰਬਤ ਦੀ ਚੱਕ ਕੇ ਉਹ ਜਿਹੜਾ ਹੈਗਾ ਸੀ ਰਾਮ ਕੋਲੇ ਚੱਲ ਗਿਆ ਸੀਗਾ ਉਦੋਂ ਜਿਹੜੇ ਹਵਾਈ ਸਾਨਾਂ ਨੇ ਜਿਹੜੇ ਸੀ 2.6.2 ਟਨ ਜਿਹੜੀਆਂ ਦਵਾਈਆਂ ਸੀ ਜਾਦ ਚ ਭਰ ਕੇ ਉਹ ਜਿਹੜੇ ਮਾਲਦੀਵ ਪਹੁੰਚਾਈਆਂ ਸੀ ਜਿਸ ਲਈ ਇਸ ਨੂੰ ਆਪਰੇਸ਼ਨ ਸੰਜੀਵਨੀ ਕਿਹਾ ਜਾਂਦਾ ਤਾਂ ਇਸ ਨੂੰ ਸੰਜੀਵਨੀ ਉਸੇ ਹਨੂਮਾਨ ਇਹਦੇ ਸਾਬ ਨਾਲ ਸੰਜੀਵਨਿਓਪਰੇਸ਼ਨ ਦਾ ਨਾਮ ਦਿੱਤਾ ਗਿਆ। ਕਰੋਨਾ ਮਰੀਜ਼ਾਂ ਲਈ ਸਭ ਤੋਂ ਸਸਤਾ ਵੈਂਟੀਲੇਟਰ ਤਿਆਰ ਕਿਸ ਨੇ ਕੀਤਾ ਸੀ ਤਾਂ ਭਾਰਤੀ ਰੇਲਵੇ ਨੇ ਜਿਹੜਾ ਹੈਗਾ ਸੀਗਾ ਤਾਂ ਜਿਸ ਦਾ ਨਾਮ ਸੀਗਾ ਭਾਰਤੀ ਰੇਲਵੇ ਨੇ ਜੀਵਨ ਵੈਂਟੀਲੇਟਰ ਰੱਖਿਆ ਸੀਗਾ ਠੀਕ ਹੈ ਜੀ ਤਾਂ ਜੀਵਨ ਵੈਂਟੀਲੇਟਰ ਜਿਹੜਾ ਭਾਰਤੀ ਰੇਲਵੇ ਨੇ ਤਿਆਰ ਕੀਤਾ ਸੀ ਤੇ ਜਿਹੜਾ ਬਿਲਕੁਲ ਹੀ ਸਸਤਾ ਬਹੁਤ ਹੀ ਜ਼ਿਆਦਾ ਕਰੋਨਾ ਮਰੀਜ਼ਾਂ ਦੇ ਲਈ ਸਸਤਾ ਵੈਂਟੀਲੇਟਰ ਬਣਾਇਆ ਸੀ ਕਿਸ ਪੇਮੈਂਟ ਬੈਂਕ ਨੇ ਕੋਵਿਡ ਬੀਮਾ ਪਾਲਿਸੀ ਸ਼ੁਰੂ ਕੀਤੀ ਹੈ ਤਾਂ ਜਿਹੜੇ ਹੈਗੇ ਪੇਮੈਂਟ ਬੈਂਕ ਤੁਹਾਡੇ ਕੋਲੇ ਠੀਕ ਹੈ ਜੀ ਬਹੁਤ ਸਾਰੀਆਂ ਹੋ ਸਕਦੀਆਂ ਨੇਗੀਆਂ ਬਟ ਜਿਹੜੀ ਆਪਣੇ ਇੰਡੀਆ ਦੇ ਵਿੱਚ ਫੇਮਸ ਆ ਤਾਂ ਏਅਰਟਲ ਪੇਮੈਂਟ ਬੈਂਕ ਨੇ ਜਿਹੜੀ ਹੈਗੀ ਹੈ ਬੀਮਾ ਪਾਲਸੀ ਜਿਹੜੀ ਉਹ ਕੱਲਿਆਂ ਸ਼ੁਰੂ ਕੀਤੀ ਸੀ ਬਟ ਜਿਹੜੀ ਹੈਗੀ ਸੀ ਕਿ ਭਾਰਤ ਪੇ ਨੇ ਆਈਸੀਆਈ ਨਾਲ ਰਿਲੇਟਡ ਰਲ ਕੇ ਜਿਹੜੀ ਹੈਗੀ ਸੀ ਕੋਵਿਡ ਬੀਮਾ ਸ਼ੁਰੂ ਕੀਤਾ ਸੀ ਬਟ ਜਿਹੜੀ Airtel Payment Bank ਹੈ ਉਹਨੇ ਇਕੱਲਿਆਂ ਹੀ ਕੋਵਿਡ ਬੀਮਾ ਪਾਲਸੀ ਜਿਹੜੀ ਹੈ ਸ਼ੁਰੂ ਹੋ ਕਰੀ ਹੈਗੀ ਉਹ ਸਾਡੇ ਅੱਗੇ ਆਪਣੇ ਕੋਲ ਜਿਹੜੇ ਪ੍ਰਸ਼ਨ ਲਾਸਟ ਤੇ ਆਉਂਦਾ ਜੀ ਠੀਕ ਹੈ ਇਹ ਇੰਪੋਰਟੈਂਟ ਪ੍ਰਸ਼ਨ ਹੈ ਇਸ ਨੂੰ ਤੁਸੀਂ ਜ਼ਰੂਰ ਨੋਟ ਕਰਨਾ ਕਿ ਲੋਕਡਾਊਨ ਕਰਕੇ ਕਿਸ ਨੇ ਪੁਰਾਣੇ ਟੀਵੀ ਪ੍ਰੋਗਰਾਮ ਦਿਖਾਉਣ ਲਈ ਕਿਹੜਾ ਚੈਨਲ ਸ਼ੁਰੂ ਕੀਤਾ ਸੀਗਾ ਤਾਂ ਜਦੋਂ ਲੋਕਡਾਊਨ ਦੇ ਵਿੱਚ ਲੋਕ ਬੋਰ ਹੋ ਰਹੇ ਸੀ ਘਰਾਂ ਦੇ ਵਿੱਚ ਬੰਦ ਹੋ ਗਏ ਸੀ ਤਾਂ ਉਹਨਾਂ ਨੇ ਕੁਝ ਸੋਚਿਆ ਸੀ ਸਰਕਾਰ ਨੇ ਕਿ ਇਹਨਾਂ ਲੋਕਾਂ ਦੇ ਲਈ ਹਨ ਜਿਹੜੀ ਉਹਨਾਂ ਨੇ ਪੁਰਾਣੀਆਂ ਜਾਂ ਤਾਂ ਤਾਜ਼ੀਆਂ ਕੀਤੀਆਂ ਜਾਣ ਤਾਂ ਜਿਹੜਾ ਹੈਗਾ ਸੀਗਾ ਪ੍ਰਸਾਰ ਭਾਰਤੀ ਠੀਕ ਹੈ ਜੀ ਜਿਹੜਾ ਕਿ ਆਪਣਾ ਸਰਕਾਰੀ ਟੈਲੀਵਿਜ਼ਨ ਦਾ ਆਪਣੇ ਜਿੰਨੇ ਵੀ ਚੈਨਲ ਵਗੈਰਾ ਸਾਰੇ ਟੀਆਰਪੀ ਵਗੈਰਾ ਦਾ ਸਾਰੇ ਹੀ ਦੇਖਦੇ ਨੇ ਪਰ ਪ੍ਰਸਾਰ ਭਾਰਤੀ ਨੇ ਜਿਹੜਾ ਹੈਗਾ ਸੀ ਡੀਡੀ ਰੀਟਰੋ ਜਿਹੜਾ ਹੈਗਾ ਨਾਮ ਦਾ ਚੈਨਲ 13 ਅਪ੍ਰੈਲ 2020 ਨੂੰ ਮਤਲਬ ਕਿ ਤੁਸੀਂ ਯਾਦ ਕਰ ਸਕੋ ਵਸਾਖੀ ਵਾਲੇ ਦਿਨ 2020 ਨੂੰ ਜਿਹੜਾ ਹੈਗਾ ਉਹ ਲਾਂਚ ਕੀਤਾ ਸੀਗਾ ਤਾਂ DD Retro ਜਿਹੜਾ ਹੈਗਾ ਇਸ ਤੇ ਸਾਰੇ ਪੁਰਾਣੇ ਟੀਵੀ ਚੈਨਲ ਜਿਵੇਂ ਰਮਾਇਣ ਠੀਕ ਹੈ ਰਮਾਇਣ ਤੇ ਸ਼ਕਤੀਮਾਨ ਅਲਾਦੀਨ ਐਦਾਂ ਜਿਹੜੇ ਹੋਰ ਪੁਰਾਣੇ ਟੀਵੀ ਚੈਨਲ ਸੀ ਸੌਰੀ ਟੀਵੀ ਸ਼ੋਅ ਸੀਗੇ ਉਹ ਸਾਰੇ ਜਿਹੜੇ ਹੈਗੇ ਇਸ ਤੇ ਦੁਬਾਰਾ ਉਹ ਟੈਲੀਕਾਸਟ ਕੀਤੇ ਜਾਣ ਲੱਗੇ ਸੀਗੇ ਤਾਂ ਕਿ ਜਿਹੜਾ ਹੈਗਾ ਲੋਕ ਆਪਣੇ ਜਿਹੜੇ ਹੈਗੇ ਪੁਰਾਣੇ ਐਦਾਂ ਦੇ ਨਾਲ ਰਿਲੇਟ ਕਰਕੇ ਉਹ ਆਪਣਾ ਜਿਹੜਾ ਹੈਗਾ ਲੋਕਡਾਊਨ ਦਾ ਟਾਈਮ ਹੋ ਇਦਾਂ ਸਪੈਂਡ ਕਰ ਸਕਣ ਠੀਕ ਹੈ ਜੀ ਤਾਂ ਇਹ ਜਿਹੜੇ ਮੋਸਟ ਇੰਪੋਰਟੈਂਟ ਪ੍ਰਸ਼ਨ ਸੀ ਜੀ ਇਹਨਾਂ ਨੂੰ ਤੁਸੀਂ ਜ਼ਰੂਰ ਨੋਟ ਕਰਨਾ ਆਈ ਹੋਪ ਤੁਹਾਨੂੰ ਜਿਹੜੀ ਕੱਲ ਨੂੰ ਐਗਜ਼ਾਮ ਤੁਹਾਡੇ ਹੋਣੇ ਆ ਜੇਲ ਬਾਰਡਰਾਂ ਦੇ ਦੋ ਤਿੰਨ ਦਿਨ ਚੱਲਣਗੇ ਉਹਨਾਂ ਦੇ ਵਿੱਚ ਤੁਹਾਨੂੰ ਜ਼ਰੂਰ ਇਹ ਜਿਹੜੇ ਹੈਗੇ ਹੈਲਪਫੁਲ ਹੋਣਗੇ ਸੋ ਵੀਡੀਓ ਜੇ ਚੰਗੇ ਲੱਗੇ ਇਸ ਨੂੰ ਅੱਗੇ ਜ਼ਰੂਰ ਤੁਸੀਂ ਸ਼ੇਅਰ ਕਰ ਦੇਣਾ